कहानी सुनन वाले की खिदमत विच बाबर जवेद डार दा सलाम। अज मैं तुहानू जिहड़ी कहानी सुना रहा वा वह 16 वरे पहले रसाला लहरा विच छाया हुई जिदे चीफ एडिटर जनाब सैयद अख्तर हसैन अख्तर सन। जदों यह कहानी छाया हुई तो इहदा नां पत्थर दी मूर्ति सी। तो जदों मेरी किताब नंगे पैर फैसलाबाद तो छाया हुई तो उस कहानी का नाँ अगला कर रख दिता गया। तुसी जो कहानी सुनोगे तो ये जरूर आखोगे कि यह दोवें नाँ अपनी जगह ठीक लगते हैं। तो सुनो हुण कहानी अगला कर। वो छत दे घूमदे पक्के थले नीवी पा के बैठी हुई सी। हथां दी उंगलियां एक दूजे विच ਆਉਂਦੀ ਅਤੇ ਹਯਾਤੀ ਦੇ ਵਰਗੇ ਥੁੱਲ ਰਹੀ ਸੀ। ਸਾਵਣ ਦੀ ਹਬਸ ਅਤੇ ਗਰਮੀ ਵਿੱਚ ਪੱਖੇ ਦੀ ਠੰਡੀ ਹਵਾ ਉਹਨੂੰ ਕੁਝ ਸਕੂਨ ਦੇ ਰਹੀ ਸੀ, ਪਰ ਵਜੂਦ ਦੇ ਅੰਦਰ ਦੀ ਘੁੱਟਣ ਅਤੇ ਬੇਚੈਨੀ ਜਿਹੜੇ ਮੌਸਮ ਦੀ ਵਜ੍ਹਾ ਨਾਲ ਸੀ ਉਹਦੇ ਵਿੱਚ ਕਈ ਵਰ੍ਹਿਆਂ ਤੋਂ ਕੋਈ ਤਬਦੀਲੀ ਨਹੀਂ ਸੀ ਆਈ। ਪੱਖੇ ਦੇ ਪਰਾਂ ਵਿੱਚੋਂ ਨਿਕਲਦੀ ਹੋਈ ਆਵਾਜ਼ ਇੰਝ ਲੱਗ ਰਹੀ ਸੀ ਜਿਵੇਂ ਕੋਈ ਡਿਸਕ ਰਿਹਾ ਹੋਵੇ, ਪਰ ਉਹਨੂੰ ਕਿਸੇ ਨੇ ਝੁਰਦਿਆਂ ਵੀ ਨਹੀਂ ਸੀ ਦੇਖਿਆ। ਹਾਂ, ਘੁੰਮਦੇ ਪੱਖੇ ਅਤੇ ਆਪਣੀ ਹਯਾਤੀ ਨਾਲ ਉਹਨੂੰ ਇੱਕ ਸਾਂਝ ਮਹਿਸੂਸ ਹੋ ਰਹੀ ਸੀ। ਉਹਦੀ ਹਯਾਤੀ ਦੇ ਦਿਨ ਬਸ ਇੰਝ ਹੀ ਲੰਘੇ ਜਾ ਰਹੇ ਸਨ, ਜਿਹਦੀ ਰਾਹ ਵਿੱਚ ਆਜ ਤੱਕ ਕੋਈ ਟੇਸ਼ਨ ਵਿਖਾਲੀ ਨਹੀਂ ਸੀ ਦੇ ਰਿਹਾ। ਬਸ ਇੱਕ ਕਸਕ ਸੀ ਜਿਹਦੇ ਵਿੱਚ ਉਹ ਡੁੱਬੀ ਰਹਿੰਦੀ ਅਤੇ ਅੰਦਰੋਂ ਹੀ ਅੰਦਰ ਦਬੀ ਚਿੰਗਾਰੀ ਵਾਂਗੂ ਸੁਲਗਦੀ ਰਹਿੰਦੀ। ਉਹਦੇ ਅੰਦਰਲੇ ਜਜ਼ਬਿਆਂ ਦਾ ਸੇਕ ਦਾ ਅੰਦਾਜ਼ਾ ਉਹਨੂੰ ਬਾਹਰੋਂ ਵੇਖ ਕੇ ਨਹੀਂ ਸੀ ਹੁੰਦਾ। ਉਹ ਜਦ ਵੀ ਇਕੱਲੀ ਹੁੰਦੀ ਤਾਂ ਇੰਝ ਹੀ ਫਰਸ਼ 'ਤੇ ਪਥੱਲਾ ਮਾਰ ਕੇ ਬਹਿੰਦੀ। ਦੂਜਿਆਂ ਸਾਹਮਣੇ ਉਹ ਆਪਣੇ ਕੰਮਾਂ ਵਿੱਚ ਇੰਝ ਹੀ ਉੱਜੀ ਰਹਿੰਦੀ ਜਿਵੇਂ ਉਹਨੂੰ ਕੋਈ ਰੋਗ ਨਾ ਹੋਵੇ। ਉਹਨੂੰ ਆਪਣੀ ਮਾਂ ਨਾਲ 10 ਵਰੇ ਪਹਿਲੇ ਕੀਤੀਆਂ ਗੱਲਾਂ ਯਾਦ ਆ ਰਹੀਆਂ ਸਨ। ਉਡੀਕ ਨੇ ਉਹਨੂੰ ਅੰਦਰੋਂ ਪੰਨ ਤਰੋੜ ਦਿੱਤਾ ਸੀ ਜਦੋਂ ਉਹ ਨਿੱਕੀ ਜਿਹੀ ਹੁੰਦੀ ਸੀ। ਮਾਂ ਨੂੰ ਹਰ ਵੇਲੇ ਕੰਮੇ ਲਾਈ ਰੱਖਦੀ ਸੀ। ਕਿੱਧਰ ਟੁਰ ਗਈ ਇੰਨੀ ਅਫਸ਼ੀ, ਇੱਧਰ ਆ, ਸਭਨਾ ਨੂੰ ਪਾਣੀ ਖਾ ਲਿਆ ਹੈ, ਭਾਂਡੇ ਚੁੱਕ ਕੇ ਕਮਰੇ ਵਿੱਚ ਰੱਖ। ਉਹ ਮੂੰਹ ਬਣਾਉਂਦਿਆਂ ਹੋਇਆ ਕਹਿੰਦੀ, ਮਾਂ ਹੁਣੇ ਤਾਂ ਮੈਂ ਕਮਰੇ ਵਿੱਚ ਝਾੜ ਪੂੰਝ ਕਰਕੇ ਆਈ ਹਾਂ, ਥੋੜ੍ਹੀ ਦੇਰ ਬਾਅਦ ਉਹ ਚੁੱਕ ਕੇ ਰੱਖ ਦਿੰਦੀ ਹਾਂ। ਮਾਂ ਗੁੱਸੇ ਵਿੱਚ ਆ ਜਾਂਦੀ ਅਤੇ ਕਹਿੰਦੀ, ਤੂੰ ਇੱਕ ਦਿਨ ਅਗਲੇ ਘਰ ਜਾਣਾ, ਇੰਝ ਤੇਰੀਆਂ ਆਦਤਾਂ ਵਿਗੜ ਜਾਣਗੀਆਂ। ਉਹ ਚੁੱਪ ਕਰਕੇ ਮਾਂ ਦੀ ਗੱਲ ਸੁਣ ਲੈਂਦੀ, ਪਰ ਸੋਚਦੀ ਅਗਲਾ ਘਰ ਕਿਹੜਾ ਹੈ ਜਿਹੜਾ ਉਹਨੂੰ ਇੱਥੇ ਖੁੱਲ੍ਹ ਕੇ ਜਿਉਣ ਨਹੀਂ ਦਿੰਦਾ, ਆਪਣੀ ਗੁੱਡੀਆਂ ਪਟੋਲੇ ਨਾਲ ਰੱਜ ਕੇ ਖੇਡਣ ਵੀ ਨਹੀਂ ਦਿੰਦਾ, ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਰਾ ਸਾਰਾ ਦਿਨ ਕੰਮੇ ਲਾਈ ਰੱਖਦਾ ਹੈ। ਰਾਤੀ ਜਦ ਉਹ ਕੋਠੇ ਉੱਤੇ ਆਪਣੀ ਨਿੱਕੀ ਭੈਣ ਨਾਲ ਮੰਜੇ ਉੱਤੇ ਲੇਟਦੀ ਕਈ ਸੁਆਖ ਦੇ ਦਿਮਾਗ ਵਿੱਚ ਘੁੰਮਦੇ, ਤਾਂ ਉਹ ਅੰਬਰ ਦੇ ਉੱਤੇ ਖੜ੍ਹੇ ਤਾਰਿਆਂ ਵੱਲ ਵੇਖਦੀ, ਅੰਬਰਾਂ ਅਤੇ ਅੰਡੰਬਰਾਂ ਵਿੱਚ ਗੁਆਚ ਕੇ ਮਾਂ ਦੇ ਰੋਜ਼ ਰੋਜ਼ ਆਖਣ ਵਾਲੇ ਜੁਮਲੇ ਅਗਲੇ ਘਰ ਦੀ ਸੋਚ ਤੋਂ ਬੇਨਿਆਸ ਹੋ ਜਾਂਦੀ। ਉਹਦੀਆਂ ਅੱਖਾਂ ਨੀਂਦਰ ਦੇ ਨਾਲ ਭਰ ਜਾਂਦੀਆਂ, ਅੰਬਰਾਂ ਦੇ ਤਾਰੇ ਉਹਦੇ ਸੁਪਨਿਆਂ ਵਿੱਚ ਲਿਸ਼ਕਣ ਲੱਗ ਪੈਂਦੇ। ਉਹ ਦੋ ਭੈਣਾਂ ਅਤੇ ਦੋ ਭਰਾ ਸਨ, ਦੋ ਭਰਾ ਵੱਡੇ ਅਤੇ ਭੈਣ ਉਹਦੇ ਨਾਲ ਨਿੱਕੀ ਸੀ, ਇਸ ਲਈ ਮਾਂ ਆਪਣਾ ਹੱਥ ਵਢਾਉਣ ਲਈ ਸਾਰੇ ਕੰਮ ਉਹਨੀ ਕਹਿੰਦੀ ਸੀ। ਹੁਣ ਤਾਂ ਉਹ ਕਾਫੀ ਵੱਡੀ ਹੋ ਗਈ ਸੀ, ਸੋਚਣ ਸਮਝਣ ਵੀ ਲੱਗ ਪਈ ਸੀ। ਅਫਸ਼ੀ ਕੋਠੇ ਉੱਤੇ ਪਾਏ ਕੱਪੜੇ ਸੁੱਕ ਗਏ ਨੇ, ਉੱਤੇ ਜਾ ਕੇ ਲੈ ਆ, ਮਾਂ ਨੇ ਉਹਨੂੰ ਆਖਿਆ ਸੀ। ਮਾਂ ਸਾਬਰ ਸਵੇਰ ਦਾ ਵਿਹਲਾ ਬੈਠਾ ਆ, ਉਹਨੂੰ ਕਹਿ ਦਿਓ, ਅਫਸ਼ੀ ਨੇ ਆਖਿਆ, ਇਹ ਮੁੰਡਿਆਂ ਦੇ ਕਰਮ ਵਾਲੇ ਕੰਮ ਨਹੀਂ, ਘਰਾਂ ਦੇ ਕੰਮ ਕਰਦਿਆਂ ਧੀਆਂ ਹੀ ਸੋਹਣੀਆਂ ਲੱਗਦੀਆਂ ਨੇ, ਸਾਬਰ ਨੇ ਆਖਿਆ। ਅਤੇ ਮਾਂ ਸਾਬਰ ਦੀ ਗੱਲ ਸੁਣ ਕੇ ਕੁਝ ਨਾ ਬੋਲੀ ਅਤੇ ਅਫਸ਼ਾਂ ਕੋਠੇ ਉੱਤੇ ਜਾ ਕੇ ਕੱਪੜੇ ਇਕੱਠਿਆਂ ਕਰਦਿਆਂ ਹੋਈ ਸੋਚਣ ਲੱਗ ਪਈ। ਧੀਆਂ ਨੂੰ ਅਗਲੇ ਘਰ ਜਾਣ ਦੇ ਨਾਂ ਉੱਤੇ ਕੋਹਲੂ ਦਾ ਡੱਗਾ ਬਣਾ ਕੇ ਰੱਖ ਦਿੱਤਾ ਜਾਂਦਾ ਹੈ, ਜਦਕਿ ਕੁੜੀਆਂ ਦੀ ਹਯਾਤੀ ਅਗਲੇ ਘਰ ਹੋਵੇ ਜਾਂ ਪਿਛਲੇ ਘਰ ਉਹਦੇ ਵਿੱਚ ਤਵਾਜ਼ਨ ਹੋਣਾ ਚਾਹੀਦਾ ਹੈ। ਉਹਨੂੰ ਪੜ੍ਹਨ ਦਾ ਸ਼ੌਕ ਸੀ, ਜਦ ਐਫ ਏ ਵਿੱਚ ਉਹਦਾ ਏ ਗ੍ਰੇਡ ਆਇਆ ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਉਹ ਆਉਣ ਵਾਲੇ ਵੇਲੇ ਦੇ ਸੁਨਹਿਰੇ ਸੁਪਨਿਆਂ ਵਿੱਚ ਗੁਆਚ ਗਈ। ਹੁਣ ਉਹਨੂੰ ਅਗਾਂਹ ਟੋਰਨ ਦਾ ਚਾਰਾ ਕਰੋ। ਉਹਨੇ ਬੂਹੇ ਪਿੱਛੇ ਖਲੋਤਿਆਂ ਗੱਲ ਸੁਣ ਲਈ ਸੀ। ਅਫਸ਼ਾਂ ਦਾ ਦਿਲ ਕੀਤਾ ਕਿ ਉਹ ਰੱਜ ਕੇ ਰੋਏ, ਚੀਖੇ ਅਤੇ ਮਾਪਿਆਂ ਨੂੰ ਕਹਿ ਦੇਵੇ ਕਿ ਮਹਾਨਾ ਪੜ੍ਹਨਾ ਹੈ, ਪਰ ਉਹ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਚੁੱਪ ਕਰ ਗਈ। ਉਹਦੀ ਜ਼ਬਾਨ ਅਤੇ ਉਹਦੀਆਂ ਆਸਾਂ ਦਾ ਸਾਥ ਦੇਣ ਤੋਂ ਇਨਕਾਰ ਕਰਤਾ, ਤਾਂ ਫਿਰ ਉਹਦੇ ਹੱਥ
पीले हो गए। उन्हें अगला कर्मी देख लिया, उसकी जिंदड़ी हयाती दे रेत छल्लियां विच फसी गई, जिथे चीकां हावां उहदे अंदरों निकल के ना निकल दियां। जुस्से दे अंदर अंदरों अंदर परतावियां आवाजां वांगू टकरां मार मार के हयाती दी कुड़तन उहदे लहू विच घोलदियां ते रूह नूं तड़फांदियां रहिंदियां। अगला कर की सी? सारा सारा दिन लत्तां बाहां चलदियां रहिंदियां पर काम ना मुकदे। कदी कदार वो अपने आप आखदी कि काम करन दी तो कोई गल नहीं, यह तो मैं पहलों भी करदी सां, पर इत्थे हर वेले टोका टाकी, ए नहीं करना, इत्थे नहीं जाना, उत्थे नहीं जाना, उन्होंने सब कुछ सुनना पैंदा। सस सोहरे ने नप के रखिया तो वह नपी रही, उहदे पेक्यां नाल उहदे सोहरे रुस गए। नौबत तलाक उत्ते आ गई तां उन्हें अपना घर बचाउण लई मापियां बनना जान दी अम्मी पर लई। वेले दा पंछी उड़दा रहा, वह अपने आलणे विच सहमी चिड़ी वांगू बैठी रही ते अपने चमां बच्चियां नूं बूटियां वांगू पालदी रही। वह पेके ना जा सकी पर उन्हें ख्यालां विच पेके वसाए। माँ दे घर आउण माँ दे घर अगों लंघदी सौड़ी गली उन्होंने बड़ी चंगी लगती सी। जद भी वह अपने खावंद नाल पेके घर वल आउंदी उहदे माँ प्यो बूहे च खलो के उन्हों दूर तक जांदियां वेखदे। गली मोड़दियां ही माँ का दिल एक नज़र वेखदियां उहदे दिल नूं खिच पैंदी, क्यों जे वह अपनी धी ते जवाई नूं इकट्ठियां जांदियां वेख के खुश होंदी। पर अज 10 वरे गुजरन दे बाद इस सौड़ी गली की याद किसी नदी नाले वांग दिल की वस्ती विच महसूस होंदी। उन्हें अपनी सखियां नाल हसन खेडन विच कुछ औखी हयाती नहीं सी गुजारी, पर जिन्ना वेला भी गुजारिया सी अज वह चन्न की चाननी वांगू अंदरों सारे जुस्से नूं ठारदा होया महसूस होंदा। बचपन विच उहदे कोल कुछ औखे खडौने नहीं सन, कुछ मिट्टी के घुग्गू घोड़े सन, पर अज भी वह किन्ने पीड़े लगते सन। एक घर कई फंक्शन होए गुजर गए पर वह ना जा सकी। हुण तो उहदा सस सोहरा भी दुनिया उत्ते नहीं सी रहे, पर पेके घर जाण वाली आस कायम रही। पता नहीं मौसम दा दिल किस मिट्टी दा बनिया सी, उहनूं कदी एहसास ही नहीं सी होया कि उहदी बीवी अफशी उत्ते की बीत रही है। अज जो पके थले फर्श उत्ते बैठी हुई सी बाहरले गेट नूं कुंडी लानी भुल गई सी। उहनूं पता ही नहीं चलिया किहड़े वेले उहदा खामन उहदे कोल आन खलोता। आखिर आ गई ना तैनूं मां दी याद, मुसन ने चुभ दे अंग विच उहनूं आखिया। अफशा ने घबरा के अखां खोलियां उहदे वल तकिया पर मूंह कुछ ना बोली। 10 वरे हो गए ने, तेरी मां दी आकड़ ते नहीं गई? तियां चमन दा शौक सी तैनूं उहनां वी सिख लैंदी, मुसन ने चुभ लहजे विच आखिया। तुसां ते बोझ ढो छड़े ने, मेरी मां ने तुहानूं मनांदियां तुहाडियां गलियां विच रुल गई सी। अफशा दे बंद होंडां ने यह गल मूँह बाहर ना जान दिती। मौसम बोलता रहा, अफशा के दिमाग में रेत के घरौंदियां वांगू जवाब बनते थे टेंदे रहे। किहड़े मराकब विच पई हुई है, तेरे मापिया ने कोई 10 ट्रक जिहे इसे कल दिते सन, जो उन्होंने पुछदा सी उन्हें दे दिता। जब धी वाले धी दे देते हैं तो उस दे बाद दिन लई होर की रह जाता है। इस गल ने बंद होंडां विचों निकलण की बड़ी कोशिश की थी। पर ਹੁੰਡਾ ਤੋਂ ਬਾਹਰ ਨਾ ਨਿਕਲ ਸਕੇ ਅਤੇ ਉਸਨੇ ਇਸ ਨੂੰ ਆਪਣੇ ਕੋੜੇ ਪਾਣੀ ਵਾਂਗੂ ਅੰਦਰ ਹੀ ਪੀ ਲਿਆ। ਜੇ ਇੱਥੇ ਰਹਿਣਾ ਹੀ ਤਾਂ ਪਿਛਲਿਆਂ ਨੂੰ ਭੁੱਲ ਕੇ ਇੰਝ ਪਥੱਲਾ ਮਾਰ ਕੇ ਬਹਿਣਾ, ਉਹਨਾਂ ਦੀ ਯਾਦ ਵਿੱਚ ਕੁਆਚੇ ਰਹਿਣਾ ਉੱਗਾ ਚੰਗਾ ਨਹੀਂ ਲੱਗਦਾ। ਇੱਕ ਯਾਦ ਹੀ ਤਾਂ ਮੇਰੇ ਕੋਲ ਹੈ ਜਿਹਦੇ ਸਹਾਰੇ ਮੈਂ ਹਯਾਤੀ ਦੇ 10 ਵਰੇ ਸਿਸਕਦੇ ਗੁਜ਼ਾਰ ਦਿੱਤੇ ਨੇ। ਉਹ ਯਾਦ ਵੀ ਮੇਰੇ ਕੋਲੋਂ ਖੋਹ ਲੈਣਾ ਚਾਹੁੰਦੇ ਹੋ? ਤੁਸੀਂ ਜ਼ੁਲਮ ਦੀਆਂ ਹੱਥਾਂ ਟੱਪ ਰਹੇ ਹੋ। ਅਫਸ਼ਾਂ ਦੇ ਅੰਦਰਲੇ ਜਜ਼ਬੇ ਕਿਸੇ ਚੜ੍ਹਦੇ ਹੜ੍ਹ ਮੰਗੋ ਉੱਥੇ ਤਾਂ ਬੰਦ ਹੋਠਾਂ ਵਿੱਚ ਹਰਕਤ ਪੈਦਾ ਹੋਈ। ਹਾਂ ਹਾਂ ਬੋਲ, ਮੈਨੂੰ ਪਤਾ ਹੈ ਹੁਣ ਤੋਂ ਬੋਲਣ ਤੋਂ ਬਗੈਰ ਨਹੀਂ ਰਹਿ ਸਕਦੀ, ਤੇਰੇ ਅੰਦਰਲਾ ਅੰਦਰ ਪਿਛਲੇ ਦਾ ਦਰਦ ਮੋਇਆ ਨਹੀਂ। ਤੁਸੀਂ ਸਕੂਲੋਂ ਆਏ ਆਪਣੇ ਬੱਚਿਆਂ ਨੂੰ ਕਮਰੇ ਵਿੱਚ ਪੜ੍ਹਦਿਆਂ ਵੇਖ ਕੇ ਉਹਦੇ ਹਿਲਦੇ ਹੋਣ ਤੁਸੀਂ ਕਹਿ ਕੇ ਬੰਦ ਹੋ ਗਏ। ਤੂੰ ਖੁੰਦੀ ਕਿਉਂ ਨਹੀਂ, ਚੁੱਪ ਕਿਉਂ ਹੋ ਗਈ? ਤੁਸਾਂ ਤਾਂ ਮੈਨੂੰ ਭਰਾ ਅਤੇ ਵਿਆਹ 'ਤੇ ਵੀ ਨਹੀਂ ਜਾਣ ਦਿੱਤਾ।
मैं ख्यालों की गड्डी विच बह के भरा दी जाने में गई सा। छोटी भैन की बारी भी उन्होंने मेहंदी इंजी लाई सी। ओ गल भी हुण तां तो बाहर ना जा सके। मोहसन कमरे विचों बाहर जा चुकिया सी, पर हुण वो गुम सुम बैठी बिल्कुल पत्थर की मूर्ति वांग लग रही थी।